ਹਾਂ ਚੋਰੀ ਰੋਕਣ ਤੋਂ, ਚੋਰੀ ਰੋਕਣ ਤੋਂ ਲਾਇਆ ਸੀਗਾ, ਪਹਿਲਾਂ ਲਾਈਟ ਆਉਣ ਤੋਂ ਬਣਾਇਆ ਸੀਗਾ, ਜਦੋਂ ਵੀ ਮੋਟਰ 'ਤੇ ਲਾਈਟ ਆਉਂਦੀ ਹੈ ਲਾਈਟ ਦਾ ਪਤਾ ਨਹੀਂ ਲੱਗਦਾ ਸੀਗਾ, ਪੰਜਾਬ ਦੇ ਵਿੱਚ ਸਿਸਟਮ ਹੀ ਇਹੋ ਜਿਹੇ ਪਏ, ਲਾਈਟ ਦੇ ਕੋਈ ਸਮਾਂ ਨਹੀਂ ਹੈਗਾ ਵੀ ਕਦੋਂ ਲਾਈਟ ਆਉਂਦੀ ਹੈ ਕਦੋਂ ਜਾਂਦੀ ਹੈਗੀ, ਉਹਦਾ ਕਰਕੇ ਉਹਦੇ ਨਾਲ ਘੰਟੀ ਆ ਜਾਂਦੀ ਆ। ਉਹ ਜਿਹੜੀ ਦੇਣ ਸੀਗੀ, ਇਹ ਮੇਰੇ ਭਾਈ ਆ ਛੋਟੇ, ਇਹਨਾਂ ਦੇ ਡੈਡੀ ਸੀ ਸਵਰਗਵਾਸੀ ਹਰਦੇਵ ਸਿੰਘ ਢਿੱਲੋਂ, ਉਹ ਸਾਨੂੰ ਇੱਕ ਆਈਡੀਆ ਦੇ ਗਏ ਸੀ, ਉਹ ਤਾਂ ਆਈਡੀਆ 'ਤੇ ਚੱਲਦੇ ਸੀ, ਦੋਨਾਂ ਨੇ ਮਿਹਨਤ ਕੀਤੀ ਅੱਗੇ, ਅਤੇ ਉਹ ਪਹਿਲਾਂ ਰਿੰਗ ਆਉਣ ਵਾਲਾ ਬਣਾਇਆ ਸਿਸਟਮ, ਅਤੇ ਨੰਬਰ 2 'ਤੇ ਜਿਹੜਾ ਸੀਗਾ ਅਸੀਂ ਚੋਰੀ ਰੋਕਣ ਤੋਂ ਬਣਾਇਆ ਸੀਗਾ। ਹੁਣ ਟਰਾਂਸਫਾਰਮ ਦੀ ਚੋਰੀ ਆ, ਮਸਾਂ ਪਹਿਲਾਂ ਤਾਂ ਮੋਟਰਾਂ ਦੇ ਕਨੈਕਸ਼ਨ ਮਿਲਦੇ ਨਹੀਂ, ਜੇ ਮਿਲ ਜਾਂਦਾ ਤਾਂ ਕੋਈ ਚੋਰੀ ਵਾਲਾ ਮਿੰਟੋ ਮਿੰਟੀ ਆ ਕੇ ਅਤੇ ਜੱਟ ਦੀ ਕਰੀ ਕਰਾਈ ਖੇਤੀ ਜਾਂ ਮਿਹਨਤ ਜਿੰਨੀ ਵੀ ਹੈਗੀ ਆ ਬੇਕਾਰ ਕਰਕੇ ਇੱਕ ਮਿੰਟ 'ਚ ਸਿੱਟ ਜਾਂਦੇ ਆ ਕਿ ਚੋਰੀਆਂ ਕਰਕੇ ਲੈ ਜਾਂਦਾ। ਉਹ ਸਿਸਟਮ ਬਹੁਤ ਵਧੀਆ ਕਾਮਯਾਬ ਆਪਣਾ, ਚੋਰੀ ਨਹੀਂ ਹੋ ਸਕਦਾ। ਕਾਰ ਦੀ ਚੋਰੀ ਰੋਕਣ ਤੋਂ ਉਹ ਲਾਇਆ ਹੋਇਆ ਗਾ, ਵੀ ਇਸ ਤਰ੍ਹਾਂ ਦੇ ਕਈ ਪ੍ਰੋਜੈਕਟ ਆ ਜਿਹੜੇ ਅਸੀਂ ਬਣਾਏ ਹੋਏ ਆ ਅਸੀਂ ਜੀ। ਹੁਣ ਪਹਿਲਾਂ ਤਾਂ ਇਹੀ ਚੱਲਦਾ ਸੀ, ਹੁਣ ਕਈ ਵਾਰ ਕਹਿ ਦਿੰਦੇ ਵੀ ਯਾਰ ਇਹੋ ਜਿਹਾ ਸਿਸਟਮ ਬਣਾਓ ਜਿਹੜਾ ਕੋਈ ਕਿਆਰਾ ਜਦੋਂ ਭਰ ਜੇ ਉਦੋਂ ਸਾਨੂੰ ਪਤਾ ਲੱਗ ਜੇ। ਉਹ ਵੀ ਅਸੀਂ ਬਣਾਇਆ ਸੀਗਾ ਵੀ ਕਿਆਰਾ ਭਰ ਗਿਆ ਤਾਂ ਨੱਕਾ ਤੁਹਾਨੂੰ ਰਿੰਗ ਆ ਜੂ, ਚਾਹੇ ਉੱਥੇ ਅਲਾਰਮ ਲਾ ਲਓ। ਫਿਰ ਹੁਣ ਸੋਚਿਆ ਸੀਗਾ, ਉਹ ਕਹਿੰਦੇ ਜਿਵੇਂ ਇਜ਼ਰਾਈਲ ਦੇ ਵਿੱਚ ਖੇਤੀ ਚੱਲਦੀ ਆ, ਆਟੋਮੈਟਿਕ ਖੇਤੀ ਆ, ਵੀ ਅਸੀਂ ਵੀ ਉਹ ਸੋਚਦੇ ਸੀ ਵੀ ਕਿਆਰੇ ਜਿਹਾ ਸਿਸਟਮ ਸਾਡੇ ਏਰੀਏ ਤਾਂ ਖੈਰ ਸ਼ਾਇਦ ਨਹੀਂ ਚੱਲਦੇ ਸਿਸਟਮ, ਝੋਨੇ ਵਾਲੇ ਏਰੀਏ ਦੇ ਵਿੱਚ ਕਿਆਰੇ ਥੋੜ੍ਹੇ ਹੁੰਦੇ ਆ, ਵੀ ਉਹ ਕਿਆਰਾ ਆਟੋਮੈਟਿਕ ਇੱਕ ਕਿਆਰਾ ਭਰੇ ਦੂਜੇ ਦਾ ਉਹ ਬੰਦ ਹੋ ਜੇ ਅਤੇ ਅਗਲਾ ਚੱਲ ਜੇ। ਉਹ 'ਤੇ ਵਰਕ ਕਰਦੇ ਹਾਂ, ਕਰਾਂਗੇ ਜਲਦੀ ਕੋਸ਼ਿਸ਼ ਉਹਦੀ। ਕਾਰਾਂ 'ਤੇ ਜੀ ਖਾਸ ਤਾਂ ਇਹੀ ਕੀਤਾ ਹੋਇਆ ਸੀਗਾ ਵੀ ਜਦੋਂ ਵੀ ਉਹਦੀ ਟਾਕੀ ਖੋਲ੍ਹਦਾ ਕੋਈ ਆਪਣੇ ਕੋਲ ਘੰਟੀ ਆਉਂਦੀ ਆ ਉਹਦੀ, ਨੰਬਰ 2 'ਤੇ ਉਹਦੀ ਆਪਾਂ ਵੀਡੀਓ ਲੈ ਸਕਦੇ ਹਾਂ, ਗੱਡੀ ਕਿੱਥੇ ਜਾਂਦੀ ਆ, ਕਿਹੜੀ ਲੋਕੇਸ਼ਨ 'ਤੇ ਜਾਂਦੀ ਹੈਗੀ, ਉਹ ਨਾਲ ਦੀ ਨਾਲ ਆਪਣੇ ਕੋਲ ਮੋਬਾਈਲ ਦੇ ਉੱਤੇ ਵੀਡੀਓ ਆਉਂਦੀ ਹੈਗੀ ਉਹਦੀ, ਅਤੇ ਉਦੋਂ ਅੱਗੇ ਵੀ ਵਧੀਆ ਕਰਦੇ ਹਾਂ ਉਹਦਾ ਦੇਖ ਕੇ ਵੀ ਕੀ ਸਿਸਟਮ ਕਿੱਥੇ ਸੁਧਾਰ ਹੋ ਸਕਦਾ ਜੇ ਕੋਈ ਕਮੀ ਲੱਗਦੀ ਹੈ ਜਾਂ ਹੋਰ, ਵੀ ਨੋਰਮਲ ਪਰਿਵਾਰ 'ਚੋਂ ਜਿੰਨੀ ਕੁ ਹੁੰਦੀ ਆ ਅਸੀਂ ਉਨਾ ਕੁ ਆਪਦੀ ਪੂੰਜੀ ਦੇ ਹਿਸਾਬ ਨਾਲ ਖਰਚ ਕਰਕੇ ਅਤੇ ਕਰੀ ਜਾਂਦੇ ਹਾਂ। ਜੇ ਕੋਈ ਗੌਰਮੈਂਟ ਵਧੀਆ ਸਾਨੂੰ ਸਹੂਲਤ ਦੇਵੇ ਜਾਂ ਆਰਥਿਕ ਪੱਖੋਂ ਕੋਈ ਮਦਦ ਕਰੇ ਸਾਡੀ, ਤਾਂ ਅਸੀਂ ਹੋਰ ਵਧੀਆ ਕਰ ਦਈਏ। ਸਾਨੂੰ ਜਿਹੜਾ ਕਾਰ ਚੋਰੀ ਵਾਲਾ ਸਿਸਟਮ ਸੀ ਬਾਈ ਜੀ ਨੇ ਤਿਆਰ ਕੀਤਾ ਸੀ, ਉਹ ਬਹੁਤ ਹੀ ਵਧੀਆ ਲੱਗਿਆ, ਉਹ ਬਹੁਤ ਹੀ ਕਾਰਗਰ ਹੈ ਜੀ। ਬਾਕੀ ਜਿਹੜਾ ਆਪਾਂ ਨੂੰ ਮਿਲਦਾ ਹੈਗਾ ਬਲੂਟੂਥ ਵਗੈਰਾ ਜਾਂ ਕੋਈ ਹੋਰ ਲਾਉਂਦੇ ਆ ਕਾਰਾਂ ਦੇ ਦੂਜਾ ਗਾਰਡ ਆਉਂਦਾ ਹੈ, ਉਹ ਬਹੁਤ ਹੀ ਜ਼ਿਆਦਾ ਮਹਿੰਗੇ, ਅਸੀਂ ਇਹਦੀ ਵੀਡੀਓ ਦੇਖੀ ਸੀ ਸੋਸ਼ਲ ਮੀਡੀਆ 'ਤੇ, ਸਾਨੂੰ ਬਹੁਤ ਚੰਗੀ ਲੱਗੀ। ਉਸ ਸੰਬੰਧ ਅਸੀਂ ਬਾਈ ਨੂੰ ਮਿਲਣ ਆਏ ਸੀਗੇ ਅਤੇ ਸਾਨੂੰ ਮਿਲ ਕੇ ਵਧੀਆ ਲੱਗਿਆ ਜੀ, ਬਾਈ ਬਹੁਤ ਵਧੀਆ ਇਨਸਾਨ। ਹਾਂਜੀ, ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਜੀ ਸਾਨੂੰ, ਅਸੀਂ ਬਾਈ ਤੋਂ ਜਾਣਕਾਰੀ ਲਿੱਤੀ ਹੈ, ਸਾਨੂੰ ਬਹੁਤ ਚੰਗਾ ਲੱਗਿਆ ਗੱਲਾਂ ਕਰਕੇ ਇਹਨਾਂ ਨਾਲ। ਇਹਦੇ ਹੋਰ ਵੀ ਬਹੁਤ ਵਧੀਆ ਤਿਆਰ ਕੀਤੇ ਹੈ, ਜਿਵੇਂ ਟਰਾਂਸਫਾਰਮ ਚੋਰੀ ਸੰਬੰਧੀ, ਮੋਟਰ 'ਤੇ ਆਪਣਾ ਕਮਰੇ ਦੀ ਚੋਰੀ ਸੰਬੰਧੀ ਹੈ। ਸਰਕਾਰ ਨੂੰ ਚਾਹੀਦਾ ਜੀ ਇਹਨਾਂ ਦੀ, ਜਿਹੜੇ ਇਹੋ ਜਿਹੇ ਟੈਲੈਂਟ ਰੱਖਦੇ ਆ ਬੰਦੇ, ਉਹਨਾਂ ਦੀ ਮਦਦ ਕਰਨੀ, ਉਹਨਾਂ ਨੂੰ ਕੋਈ ਨੌਕਰੀ ਵਗੈਰਾ ਜਾਂ ਕੋਈ ਇਹੋ ਜਿਹਾ ਮਦਦ ਕਰਨ ਵੀ ਅੱਗੇ ਹੋਰ ਵੀ ਜ਼ਿਆਦਾ ਪ੍ਰਮੋਟ ਹੋ ਸਕੇ ਇਹ ਜਿਹਾ ਕੰਮ। ਮੇਰਾ ਨਾਮ ਸੋਨੀ ਸਿੰਘ ਹੈ ਜੀ, ਅਤੇ ਮੈਂ ਅਮਰੀਕ ਸਿੰਘ ਬਾਈ ਕੋਲ ਆਇਆ ਸੀ ਸਪੈਸ਼ਲੀ, ਇਹਨਾਂ ਦੀਆਂ ਵੀਡੀਓ ਦੇਖੀਆਂ ਸੀ ਕਈ ਵੀਡੀਓ, ਅਤੇ ਅੱਜ ਵੀ ਇਹ ਵੀਡੀਓ ਦੇਖੀ ਸੀ, ਅਤੇ ਇੰਨੇ ਮੈਂ ਅਮਰੀਕ ਸਿੰਘ ਕੋਲ ਆਇਆ ਤਾਂ ਇਹ ਬਹੁਤ ਵਧੀਆ ਹੀ ਤਰੀਕਾ ਦੱਸਿਆ ਇਹਨਾਂ ਨੇ ਕਿਸਾਨਾਂ ਵਾਸਤੇ, ਅਤੇ ਮੈਂ ਪਹਿਲਾਂ ਵੀਡੀਓ ਦੇਖੀ ਸੀ, ਅੱਜ ਮੰਨ ਕੇ ਜੋ ਇੱਥੇ ਲੱਗਿਆ ਗਾ ਸਾਰਾ ਕੁਛ ਦੇਖਿਆ ਗਾ, ਅਤੇ ਇਹਨਾਂ ਨੂੰ ਮੰਨ ਕੇ ਚਲਾ ਅਸੀਂ ਵੀ ਲਵਾਉਣਾ ਗਾ, ਅਤੇ ਉਹਦੇ ਵਿੱਚ ਮੈਂ ਅਮਰੀਕ ਸਿੰਘ ਨੂੰ ਮਿਲਣ ਆਇਆ ਸੀਗਾ, ਅਤੇ ਉਹ ਕਹਿੰਦੇ ਕੋਈ ਮੰਨ ਕੇ ਚੱਲ ਵਧੀਆ ਜਗਾੜ ਆ ਜੀ।